ਪੰਜਾਬ ਦੇ ਇਤਿਹਾਸ ਦੇ ਵਿੱਚ ਅਗਰ ਅਸੀਂ ਥੋੜ੍ਹੇ ਸਾਲਾਂ ਦੇ ਵਿੱਚ ਨਜ਼ਰ ਮਾਰੀਏ ਤਾਂ ਸਭ ਤੋਂ ਵੱਡੀ ਜੋ ਘਟਨਾ ਬਰਗਾੜੀ ਦਾ ਬੇਅਦਬੀ ਅਤੇ ਬਹਿਬਲ ਕਲਾਂ ਦਾ ਗੋਲੀਕਾਂਡ, ਭਾਵੇਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੋਵੇ, ਭਾਵੇਂ ਹੁਣ ਕਾਂਗਰਸ ਦੀ ਸਰਕਾਰ ਆ ਗਈ ਹੈ, ਇਹ ਦੋਵਾਂ ਸਰਕਾਰਾਂ ਵਾਸਤੇ ਵੱਡੀ ਸਰਦਰਦੀ ਦਾ ਕਾਰਨ ਬਣਿਆ ਹੋਇਆ ਰਿਹਾ ਵੀ ਹੈ। ਅੱਜ ਇਸ ਮਾਮਲੇ 'ਚ ਬੜੀ ਇੱਕ ਤਬਦੀਲੀ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਅਜਿਹੀ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਜੋ ਅਖਤਿਆਰ ਨੇ ਉਹ ਉਹਨਾਂ ਦੀ ਵਾਇਓਲੇਸ਼ਨ ਹੋਈ ਹੈ। ਉਹਨਾਂ ਨੇ ਸਰਕਾਰ ਦੇ ਕੁਝ ਅਖਤਿਆਰ ਸੀ ਜਿਨ੍ਹਾਂ ਦੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਇੱਕ ਮਤਾ ਪਾ ਕੇ ਵਾਇਓਲੇਸ਼ਨ ਕੀਤੀ ਹੈ, ਜਿਸ 'ਚ ਹਾਈਕੋਰਟ ਨੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਅਤੇ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਨੇ। ਇਸ ਸਾਰੇ ਕੁਝ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸੰਤਪਾਲ ਸਿੰਘ ਸਿੱਧੂ, ਜੋ ਕਿ ਐਡਵੋਕੇਟ ਨੇ ਜਿਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਇੱਕ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਵੱਲੋਂ ਦਾਇਰ ਕੀਤੀ ਗਈ ਹੈ। ਸੋ ਤੁਹਾਨੂੰ ਦੱਸੋਗੇ ਜੀ ਇਹ ਕੀ ਪਟੀਸ਼ਨ ਹੈ ਅਤੇ ਕੀ ਇਹਦਾ ਮਜ਼ਮੂਨ ਹੈ? ਇਸ ਪਟੀਸ਼ਨ ਦੇ ਵਿੱਚ ਅਸੀਂ ਵਿਧਾਨ ਸਭਾ ਦਾ ਰੈਜ਼ੋਲੂਸ਼ਨ ਜੋ ਪਾਸ ਕੀਤਾ ਹੈ ਉਸਨੂੰ ਚੈਲੰਜ ਕੀਤਾ ਹੈ। ਜਿਸ ਰੈਜ਼ੋਲੂਸ਼ਨ ਦੇ ਵਿੱਚ ਇਹਨਾਂ ਨੇ ਉਸ ਜਿਹੜੀ ਕਿ ਤਫਤੀਸ਼ CBI ਨੂੰ ਦਿੱਤੀ ਗਈ ਸੀ ਮਾਮਲਿਆਂ ਦੀ, ਉਸ ਨੂੰ ਵਾਪਸ ਲੈਣ ਦਾ ਰੈਜ਼ੋਲੂਸ਼ਨ ਪਾਇਆ ਸੀ। 24/8 ਤਰੀਕ ਨੂੰ ਗਵਰਨਮੈਂਟ ਆਫ ਪੰਜਾਬ ਨੇ ਇਹ ਰਿਕਮੈਂਡ ਕੀਤਾ ਸੀਗਾ ATR ਦੇ ਵਿੱਚ ਐਕਸ਼ਨ ਟੇਕਨ ਰਿਪੋਰਟ 'ਚ ਕਿ ਇਹਨਾਂ ਮਾਮਲਿਆਂ ਦੀ ਜਿਹੜੀ ਜਾਂਚ ਹੈ ਉਸ ਦੀ ਡੂੰਘਾਈ ਨਾਲ ਜਾਂਚ ਕਰਨ ਵਾਸਤੇ CBI ਹੀ ਐਪਰੋਪਰੀਏਟ ਅਥਾਰਟੀ ਹੈ ਜਿਸ ਤੋਂ ਇਹਨਾਂ ਦੀ ਤਫਤੀਸ਼ ਕਰਵਾਈ ਜਾਵੇ। ਪਰ ਉਸ ਤੋਂ ਕੁਛ ਦਿਨਾਂ ਬਾਅਦ ਹੀ ਜਦੋਂ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਇਆ, ਯਾਨੀ ਕਿ 28/8 ਤਰੀਕ ਨੂੰ, 4 ਦਿਨਾਂ ਬਾਅਦ ਇਹਨਾਂ ਨੇ ਉੱਥੇ ਮਤਾ ਪਾ ਕੇ ਨੋਟੀਫਿਕੇਸ਼ਨ ਨਾਲ ਉਸ ਨੂੰ ਵਿਦਡਰਾਅ ਕਰ ਲਿਆ। ਉਸ ਰੈਜ਼ੋਲੂਸ਼ਨ ਨੂੰ ਅਸੀਂ ਚੈਲੰਜ ਕੀਤਾ, ਨਾਲ ਇਹ ਵੀ ਪ੍ਰੇਅਰ ਕੀਤੀ ਕਿ ਇਸ ਦੀ ਸਾਰੀ ਮਾਮਲਿਆਂ ਦੀ ਜਾਂਚ CBI ਕੋਲੋਂ ਹੀ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਤੱਥ ਸਹੀ ਬਾਹਰ ਆ ਸਕੇ। ਤੁਹਾਡਾ ਕੀ ਕਹਿਣਾ ਹੈ ਕਿ ਕੀ ਵਿਧਾਨ ਸਭਾ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਨਹੀਂ ਪਾ ਸਕਦੀ? ਨਹੀਂ, ਰੈਜ਼ੋਲੂਸ਼ਨ ਪਾਉਣ ਬਾਰੇ ਸਾਡਾ ਕੋਰਟ 'ਚ ਇਹ ਕਹਿਣਾ ਹੈ ਕਿ ਜਦੋਂ ਕੋਈ ਵੀ ਰੈਜ਼ੋਲੂਸ਼ਨ ਕਿਸੇ ਦੇ ਫੰਡਾਮੈਂਟਲ ਰਾਈਟ ਸਿਟੀਜ਼ਨ ਦੇ ਨੂੰ ਹਿੱਟ ਕਰਦਾ ਤਾਂ ਉਸ ਦੇ ਵਿੱਚ ਉਸਦਾ ਜੁਡੀਸ਼ੀਅਲ ਰਿਵਿਊ ਹੋ ਸਕਦਾ ਹੈ। ਸੁਪਰੀਮ ਕੋਰਟ ਦੀ ਜੱਜਮੈਂਟ ਦੇ ਮੁਤਾਬਕ ਉਸ ਨੂੰ ਆਧਾਰ ਬਣਾ ਕੇ ਅਸੀਂ ਇਸ ਨੂੰ ਪਾਇਆ ਹੈ। ਸਾਡਾ ਨਾਲ ਇਹ ਵੀ ਕਹਿਣਾ ਹੈ ਕਿ ਗਵਰਨਮੈਂਟ ਦੀ ਪਾਵਰ ਹੈ, ਵਿਧਾਨ ਸਭਾ ਉਸ ਨੂੰ ਰਿਕਮੈਂਡ ਕਰ ਸਕਦੀ ਹੈ, ਪਰ ਵਿਧਾਨ ਸਭਾ ਦਾ ਰੈਜ਼ੋਲੂਸ਼ਨ ਕਹਿ ਰਿਹਾ ਕਿ ਇਹ ਡਿਸੀਜ਼ਨ ਹੈ ਵਿਧਾਨ ਸਭਾ ਦਾ। ਸੋ ਦੇਰ ਇਜ਼ ਅ ਡਿਫਰੈਂਸ ਡਿਸੀਜ਼ਨ ਅਤੇ ਰਿਕਮੈਂਡ ਕਰਨ ਦੇ ਵਿੱਚ, ਉਸ ਨੂੰ ਵੀ ਅਸੀਂ ਐਜੀਟੇਟ ਕਰ ਰਹੇ ਹਾਂ ਸੈਪਰੇਸ਼ਨ ਆਫ ਪਾਵਰ 'ਤੇ। ਪਰ ਨਾਲ ਦੀ ਨਾਲ ਸਾਡਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਫੰਡਾਮੈਂਟਲ ਰਾਈਟ ਨੂੰ ਜਿਹੜਾ ਵੀ ਵਿਧਾਨ ਸਭਾ ਦਾ ਰੈਜ਼ੋਲੂਸ਼ਨ ਹਿੱਟ ਕਰਦਾ ਉੱਥੇ ਜਾ ਕੇ ਕੋਈ ਵੀ ਨਾਗਰਿਕ ਹੈ ਜਿਹੜਾ ਉਸ ਨੂੰ ਚੈਲੰਜ ਕਰ ਸਕਦਾ, ਇਸ 'ਤੇ ਸੁਪਰੀਮ ਕੋਰਟ ਦਾ ਕਾਨੂੰਨ ਇਹ ਕਹਿੰਦਾ। ਕਿਉਂਕਿ ਅਸੀਂ ਕਹਿੰਦੇ ਹਾਂ ਕਿ ਜਿਹੜਾ ਫੇਅਰ ਇਨਵੈਸਟੀਗੇਸ਼ਨ ਹੈ, ਸਾਫ਼ ਤਫਤੀਸ਼ ਹੈ, ਉਹ ਹਰੇਕ ਸਿਟੀਜ਼ਨ ਦਾ ਫੰਡਾਮੈਂਟਲ ਰਾਈਟ ਹੈ। ਇਕੱਲਾ ਫੇਅਰ ਟ੍ਰਾਇਲ ਹੀ ਨਹੀਂ, ਫੇਅਰ ਤਫਤੀਸ਼ ਵੀ ਰਾਈਟ ਹੈ। ਉਸ ਨੂੰ ਅਸੀਂ ਆਧਾਰ ਬਣਾ ਕੇ ਕਹਿੰਦੇ ਹਾਂ ਕਿ ਇਹ ਪੰਜਾਬ ਪੁਲਿਸ ਦੀ ਜੋ ਸਿੱਟ ਹੁਣ ਕਾਰਵਾਈ ਕਰ ਰਹੀ ਹੈ, ਇਸ ਤੋਂ ਸਾਨੂੰ ਨਿਆਂ ਅਤੇ ਸਾਫ਼ ਤਫਤੀਸ਼ ਦੀ ਉਮੀਦ ਨਹੀਂ ਹੈ। ਇਹ ਵਨ ਸਾਈਡਡ ਤਫਤੀਸ਼ ਕਰ ਰਹੇ ਨੇ, ਤਾਂ ਇਸ ਕਰਕੇ ਅਸੀਂ ਇਸ ਨੂੰ ਚੈਲੰਜ ਕੀਤਾ। ਹਾਈਕੋਰਟ ਨੇ ਅੱਜ ਪਹਿਲੀ ਤਰੀਕ ਸੀ ਅਤੇ ਅੱਜ ਹਾਈਕੋਰਟ ਨੇ ਕੀ ਕਿਹਾ? ਹਾਈਕੋਰਟ ਨੇ ਤਾਂ ਰੈਜ਼ੋਲੂਸ਼ਨ ਅਤੇ ਉਸ ਜੁਡੀਸ਼ੀਅਲ ਰਿਵਿਊ ਦੀ ਜੱਜਮੈਂਟ ਨੂੰ ਲੈ ਕੇ ਉਸ ਨੂੰ ਲਿਖ ਕੇ ਨੋਟਿਸ ਕਰ ਦਿੱਤਾ ਜੀ। ਅਸੀਂ ਉਸ ਦੇ ਵਿੱਚ ਪੰਜਾਬ ਲੈਗਿਸਲੇਟਿਵ ਅਸੈਂਬਲੀ ਨੂੰ ਥਰੂ ਸਪੀਕਰ ਇੰਪਲੀਟ ਕੀਤਾ ਹੋਇਆ, ਐਂਡ ਪਲੱਸ ਜਿਹੜੀ ਸਿੱਟ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਕਿਸੇ ਤਰੀਕੇ ਦੀ ਕੋਈ ਤਫਤੀਸ਼ ਫਾਈਨਲ ਨਹੀਂ ਕੀਤੀ ਜਾਏਗੀ ਕੋਰਟ ਦੀ ਮਨਜ਼ੂਰੀ ਤੋਂ ਬਿਨਾਂ। ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ
ਪਹਿਲੀ ਤੁਸੀਂ ਪਹਿਲੀ ਪਟੀਸ਼ਨ ਜਿਹੜੀ ਤੁਸੀਂ ਇੱਕ ਦਾਇਰ ਕੀਤੀ ਜਿਸ 'ਚ ਤੁਸੀਂ ਐਕਸ਼ਨ ਟੇਕਨ ਰਿਪੋਰਟ ਨੂੰ ਚੈਲੰਜ ਕੀਤਾ ਸੀ, ਜਿਸ 'ਤੇ ਸਟੇਅ ਲੱਗੀ ਹੋਈ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜੀ ਰਿਪੋਰਟ ਹੈ ਜਿਸ 'ਤੇ 24 ਤਰੀਕ ਦੀ ਐਕਸ਼ਨ ਟੇਕਨ ਰਿਪੋਰਟ ਹੈ, ਉਸ ਦੇ ਉੱਤੇ ਵੀ ਸਟੇਅ ਲੱਗੀ ਹੋਈ ਹੈ। ਤੁਹਾਡਾ ਇੱਕ ਵੈਸੇ ਥੋੜ੍ਹਾ ਸਿਆਸੀ ਸਵਾਲ ਹੈ, ਪਰ ਤੁਹਾਡੇ ਨਜ਼ਰੀਏ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਲੱਗਦਾ ਹੈ ਕਿ ਸਰਕਾਰ ਦੇ ਪੱਧਰ 'ਤੇ ਕੋਈ ਜਾਣਬੁੱਝ ਕੇ ਖਾਮੀਆਂ ਰਹੀਆਂ ਨੇ ਕਿ ਉੱਥੇ ਵੀ ਉਹਨਾਂ ਨੇ ਐਡਾ ਵੱਡਾ ਲਕੂਨਾ ਰਹਿਣ ਦਿੱਤਾ ਕਿ ਉਹ ਜਿਹੜਾ ਤੁਸੀਂ ਸੈਕਸ਼ਨ 8 ਦੀ ਤੁਸੀਂ ਚੈਲੰਜ ਕੀਤੀ ਹੈ ਕਿ ਇੱਕ ਕਮਿਸ਼ਨ ਬੰਦ ਕਰਨ ਤੋਂ ਬਿਨਾਂ ਦੂਜਾ ਕਮਿਸ਼ਨ ਬਿਠਾਤਾ, ਅਤੇ ਅੱਜ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੀ ਵਿਧਾਨ ਸਭਾ ਉਹਨਾਂ ਨੂੰ ਨਹੀਂ ਪਤਾ ਸੀ, ਉੱਥੇ AG ਸਾਹਿਬ ਵੀ ਮੌਕੇ 'ਤੇ ਮੌਜੂਦ ਸੀ ਕਿ ਵਿਧਾਨ ਸਭਾ ਇਸ ਤਰ੍ਹਾਂ ਦੇ ਰੈਗੂਲੇਸ਼ਨ ਨਹੀਂ ਪਾ ਸਕਦੀ, ਇਸ ਤਰ੍ਹਾਂ ਦੀ ਸਿੱਟ ਫੋਰਮ ਨਹੀਂ ਕਰ ਸਕਦੀ? ਨਹੀਂ, ਮੈਂ ਜ਼ਿਆਦਾ ਸ਼ਬਦਾਂ 'ਚ ਇਹ ਨਹੀਂ ਕਹਿ ਰਿਹਾ ਕਿ ਵਿਧਾਨ ਸਭਾ ਇਸ ਤਰ੍ਹਾਂ ਦੇ ਰੈਜੋਲਿਊਸ਼ਨ ਨਹੀਂ ਪਾ ਸਕਦੀ। ਅਸੀਂ ਜਿਸ ਤਰ੍ਹਾਂ ਕਹਿੰਦੇ ਹਾਂ ਹੇਅਰਲਾਈਨ ਡਿਫਰੈਂਸ ਹੈ ਉਸਨਾਂ ਚੀਜ਼ਾਂ ਦੇ ਵਿੱਚ, ਅਸੀਂ ਕਹਿ ਰਹੇ ਹਾਂ ਜਿਹੜਾ ਰੈਜੋਲਿਊਸ਼ਨ ਹੈ, ਜੇ ਮੰਨ ਵੀ ਲਵੋ ਇਹਨਾਂ ਨੇ ਉਹ ਰੈਜੋਲਿਊਸ਼ਨ ਪਾਇਆ, ਤਾਂ ਉਸ ਦੇ ਵਿੱਚ ਅਸੀਂ ਤਾਂ ਆਪਣੇ ਫੰਡਾਮੈਂਟਲ ਰਾਈਟਸ 'ਤੇ ਚੱਲ ਰਹੇ ਹਾਂ ਕਿ ਇਹ ਤਫਤੀਸ਼ ਗੌਰਮੈਂਟ ਜਿਹੜੀ ਹੈ ਉਹ ਰਿਕਮੈਂਡ ਕਰ ਰਹੀ 4 ਦਿਨ ਪਹਿਲਾਂ ਕਾਫੀ ਲਫਜ਼ਾਂ ਦੇ ਵਿੱਚ ਇਹ ਗੱਲ ਕਹਿ ਕੇ ਕਿ ਇਹਨਾਂ ਕੇਸਾਂ ਦੀ ਤਫਤੀਸ਼ ਹੈ ਜਿਹੜੀ ਉਹ CBI ਤੋਂ ਕਰਾਉਣੀ ਜਾਇਜ਼ ਹੈ, ਕਿਉਂਕਿ ਇਹਦੇ 'ਚ ਸਾਡੇ ਮੁਤਾਬਕ ਹੀ ਕਹਿੰਦੇ ਨੇ ਹਾਇਰ ਆਫਿਸਰਸ ਇਨਵੋਲਵਡ ਨੇ ਨਿਊਟਰਲ ਤਫਤੀਸ਼ ਵਾਸਤੇ, ਐਕਸ਼ਨ ਟ੍ਰੇਕਨ ਰਿਪੋਰਟ ਦੇ ਪੈਰਾ 9 ਵਿੱਚ ਇਹਨਾਂ ਨੇ ਸਾਰਾ ਕੁਝ ਕਿਹਾ, ਨਿਊਟਰਲ ਤਫਤੀਸ਼ ਵਾਸਤੇ ਇਸ ਦੀ ਜਾਂਚ ਹੈ ਜਿਹੜੀ ਉਹ CBI ਤੋਂ ਹੀ ਜ਼ਰੂਰੀ ਹੈ। ਤਾਂ ਉਸ ਤੋਂ ਬਾਅਦ 4 ਦਿਨ ਦੇ ਵਿੱਚ ਦੇਰ ਵਾਸ ਕੋਈ ਵੀ ਇਸ ਤਰ੍ਹਾਂ ਦਾ ਰੀਜ਼ਨ ਨਹੀਂ ਸੀਗਾ ਸਵਾਏ ਜੋ ਅਸੈਂਬਲੀ 'ਚ ਬੋਲਿਆ ਗਿਆ ਉਸ ਤੋਂ ਬਾਅਦ ਕਿ ਇਸ ਨੂੰ ਵਿਦਡਰਾਅ ਕਰ ਲਿਆ ਜਾਵੇ, ਇਸ ਕਰਕੇ ਅਸੀਂ ਇਸ ਨੂੰ ਚੈਲੰਜ ਕੀਤਾ। ਇਸ ਤਰ੍ਹਾਂ ਦਾ ਕੀ ਜੁਡੀਸ਼ਰੀ ਦੇ ਇਤਿਹਾਸ 'ਚ ਕੋਈ ਹੋਰ ਕੇਸ ਹੈ ਕਿ ਜਿਸ 'ਚ ਇਸ ਤਰ੍ਹਾਂ ਵਿਧਾਨ ਸਭਾ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੋਏ ਅਤੇ ਉਸ ਤਰ੍ਹਾਂ ਚੈਲੰਜ ਹੋਇਆ ਹੋਇਆ? ਸ਼ਾਇਦ ਮੇਰੇ ਖਿਆਲ ਮੌਜੂਦਾ ਮੁੱਖ ਮੰਤਰੀ ਸਾਹਿਬ ਦਾ, ਮੌਜੂਦਾ ਮੁੱਖ ਮੰਤਰੀ ਸਾਹਿਬ ਦਾ ਵੀ ਕੇਸ ਸੀ ਜਦੋਂ ਵਿਜੀਲੈਂਸ ਬਿਊਰੋ ਨੂੰ ਦਿੱਤਾ ਗਿਆ, 3 ਜੱਜਿਸ ਬੈਂਚ ਵੱਲੋਂ ਡਿਸਾਈਡ ਕੀਤਾ ਗਿਆ, ਅੱਜ ਅਸੀਂ ਉਸ ਨੂੰ ਵੀ ਸਾਈਟ ਕੀਤਾ ਹੈ ਜਿਹੜਾ ਸੁਪਰੀਮ ਕੋਰਟ ਤੋਂ ਫੈਸਲਾ ਹੋਇਆ। ਰਾਜਾ ਰਾਮਪਾਲ ਦੀ ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਜਿਸ ਨੂੰ ਮੇਰੇ ਦੁਆਰਾ ਸਾਈਟ ਕੀਤਾ ਗਿਆ, ਜਿਸ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਰੈਜ਼ੋਲੂਸ਼ਨ ਦਾ ਜੁਡੀਸ਼ੀਅਲ ਰਿਵਿਊ ਕੋਰਟ ਕਰ ਸਕਦੀ ਹੈ। ਦੋ ਚਾਹੇ ਲੈਗਜ਼ਲੇਟਿਵ ਜੋ ਵੀ ਮੈਂਬਰ ਨੇ ਜੋ ਵਿਧਾਨ ਸਭਾ 'ਚ ਬੋਲਦੇ ਨੇ, ਇਹਨਾਂ ਨੂੰ ਉਸਦੀ ਇਮਿਊਨਿਟੀ ਹੁੰਦੀ ਹੈ ਕਿ ਇਹਨਾਂ ਦੇ ਖਿਲਾਫ਼ ਕੋਈ ਕਿਸੇ ਤਰੀਕੇ ਦੀ ਕੋਰਟ ਦੀ ਕਾਰਵਾਈ ਨਹੀਂ ਹੋ ਸਕਦੀ, ਪਰ ਇਸ ਤਰ੍ਹਾਂ ਦੇ ਰੈਜ਼ੋਲੂਸ਼ਨ ਦਾ ਲਾਅ ਇਹ ਹੈ ਕਿ ਇਸਦਾ ਜੁਡੀਸ਼ੀਅਲ ਰਿਵਿਊ ਹੋ ਸਕਦਾ, ਜੁਡੀਸ਼ੀਅਲ ਰਿਵਿਊ ਹੋ ਸਕਦਾ, ਰਿਵਿਊ ਹੋ ਸਕਦਾ, ਜੁਡੀਸ਼ਰੀ ਉਸ ਚੀਜ਼ ਨੂੰ ਰਿਵਿਊ ਕਰ ਸਕਦੀ ਹੈ ਕਿ ਵੈਦਰ ਇਟ ਇਜ਼ ਜੈਨੂਅਨ ਵਿਦਆਊਟ ਮੈਲਾਫਾਈਡੀ ਰੀਜ਼ਨੇਬਲ ਐਂਡ ਫੋਰ ਪਬਲਿਕ ਕੌਜ਼ ਹੈ, ਤਾਂ ਇਹ ਹੋ ਸਕਦਾ। ਚਲੋ, ਅੱਜ ਜਿਸ ਤਰ੍ਹਾਂ ਕਿ ਸਰਕਾਰ ਨੂੰ 2 ਤਰੀਕ ਵਾਸਤੇ, ਪਰਸੋਂ ਵਾਸਤੇ ਨੋਟਿਸ ਵੀ ਹੋ ਗਿਆ, ਅਤੇ ਈਵਨ ਸਿੱਟ ਜੋ ਜਿਹੜੀ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਉਸ ਨੂੰ ਵੀ ਕਹਿ ਦਿੱਤਾ ਗਿਆ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਬੰਦ ਹੋਏਗੀ, ਉਸਨੇ ਜੋ ਵੀ ਰਿਪੋਰਟ ਪੇਸ਼ ਕਰਨੀ ਹੈ। ਕੀ ਤੁਹਾਨੂੰ ਲੱਗਦਾ ਕਿ ਇਸ ਤੋਂ ਜਿਹੜਾ ਤੁਹਾਡੀ ਇਹ ਤਾਂ ਇੰਟੈਰਿਮ ਰਿਲੀਫ ਤੁਹਾਨੂੰ ਇੱਕ ਤਰ੍ਹਾਂ ਦੀ ਮਿਲੀ ਹੈ, ਕਿ ਤੁਹਾਡਾ ਜੋ ਫਾਈਨਲ ਜਿਹੜੀ ਤੁਹਾਡੀ ਮੰਗ ਹੈ ਉਹ ਕੀ ਹੈ ਪਟੀਸ਼ਨ ਦੇ ਵਿੱਚ? ਪਟੀਸ਼ਨ 'ਚ ਸਾਡੀ ਫਾਈਨਲ ਮੰਗ ਇਹ ਹੈ ਕਿ ਇਸ ਰੈਜ਼ੋਲੂਸ਼ਨ ਨੂੰ ਕੁਆਸ਼ ਕੀਤਾ ਜਾਵੇ, ਸੈੱਟ ਅਸਾਈਡ ਕੀਤਾ ਜਾਵੇ, ਔਰ ਤਫਤੀਸ਼ ਹੈ ਜਿਹੜੀ ਉਹ CBI ਤੋਂ ਕਰਾਈ ਜਾਏ, ਕਿਉਂਕਿ ਅਸੀਂ ਪਟੀਸ਼ਨ 'ਚ ਇਹ ਵੀ ਕਿਹਾ ਹੈ ਕਿ ਇਹ 3 ਮੁਕੱਦਮੇ ਆਲਰੇਡੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਿਲੇਟਡ, ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸਿੰਗ ਹੋਣਾ, ਉਸ ਤੋਂ ਬਾਅਦ ਪੋਸਟਰ ਲੱਗਣੇ ਗੁਰਦੁਆਰਾ ਸਾਹਿਬ ਦੇ ਬਾਹਰ, ਉਸ ਤੋਂ ਬਾਅਦ ਬੇਅਦਬੀ ਆਉਣਾ ਬਰਗਾੜੀ ਵਿਖੇ, ਕਿ ਆਲਰੇਡੀ ਉਹ 3 ਮੁਕੱਦਮੇ ਨੇ ਜਿਹੜੀ ਉਹਨਾਂ ਦੀ ਜਾਂਚ CBI ਕਰ ਰਹੀ ਹੈ, ਤਾਂ ਇਸ ਕਰਕੇ ਜਿਹੜੇ ਇਹ ਕੌਨਸੀਕੁਐਂਸਿਸ ਉਸ ਦੇ ਹੀ ਨੇ, ਪਾਰਟ ਉੱਥੋਂ ਹੀ ਸਟਾਰਟ ਹੁੰਦਾ ਹੈ। ਤੋ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਕੋਈ ਤਫਤੀਸ਼ ਏਜੰਸੀ ਜਾਂਚ ਕਰ ਰਹੀ ਹੈ, ਇੱਕ ਕੋਈ ਕਰ ਰਹੀ ਹੈ, ਇਹ ਕੌਨਸਪਰੇਸੀ ਨੂੰ ਅਨਅਰਥਡ ਕਰਨ ਲਈ, ਤਾਂ ਇਹ ਜ਼ਰੂਰੀ ਹੈ ਕਿ ਜਾਂਚ ਏਜੰਸੀ ਇੱਕ ਹੋਵੇ, ਅਤੇ CBI ਆਲਰੇਡੀ ਕਰ ਰਹੀ ਹੈ, ਔਰ ਅਗਰ ਇਹ ਸਟੇਟ ਕਹਿੰਦੀ ਹੈ ਕਿ ਅਸੀਂ ਫੇਰ ਕਰਵਾਉਣਾ ਚਾਹੁੰਦੇ ਹਾਂ, ਤਾਂ ਬਿਲਕੁਲ ਠੀਕ ਹੈ CBI ਨੂੰ ਜਾਏ, ਅਤੇ ਮੇਰਾ ਖਿਆਲ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਕੁੱਲ ਮਿਲਾ ਕੇ ਸਥਿਤੀ ਉੱਥੇ ਹੀ ਖੜੀ ਹੋ ਗਈ ਹੈ ਜੋ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਤਾਂ ਉਸ ਤੋਂ ਬਾਅਦ ਮਾਮਲਾ CBI ਨੂੰ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ 7 ਘੰਟੇ ਦਾ ਸੈਸ਼ਨ ਚੱਲਦਾ ਹੈ ਅਤੇ ਵੱਖ ਵੱਖ ਬੁਲਾਰੇ ਬੋਲਦੇ ਨੇ ਅਤੇ ਆਖਿਰਕਾਰ ਉਹ ਰੈਜੋਲੂਸ਼ਨ ਪਾ ਕੇ ਉਸ ਨੂੰ CBI ਤੋਂ ਜਾਂਚ ਨੂੰ ਵਾਪਸ ਲੈ ਕੇ ਇੱਕ ਨਵੀਂ ਸਿੱਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਘੜੀ ਗਈ ਸੀ ਜਿਸ ਨੂੰ ਕਿ ਅੱਜ ਚੁਣੌਤੀ ਦਿੱਤੀ ਗਈ ਹੈ ਹਾਈਕੋਰਟ ਦੇ ਵਿੱਚ, ਜਿਸ ਨੇ ਸਿੱਟ ਨੂੰ ਪਾਬੰਦ ਕਰ ਦਿੱਤਾ ਹੈ ਕਿ ਕੋਈ ਵੀ ਰਿਪੋਰਟ ਜਾਂ ਚਲਾਨ ਉਹਨਾਂ ਨੇ ਅਦਾਲਤ ਦੀ ਰਜਾਮੰਦੀ ਜਾਂ ਉਹਨਾਂ ਨੂੰ ਦਿਖਾਏ ਬਿਨਾਂ ਨਹੀਂ ਪੇਸ਼ ਕਰਨਾ, ਅਤੇ ਦੂਜਾ ਸਰਕਾਰ ਨੂੰ ਬੜੇ ਹੀ ਨੇੜੇ ਦੀ ਤਰੀਕ 2 ਨਵੰਬਰ ਵਾਸਤੇ ਨੋਟਿਸ ਹੋ ਗਿਆ। ਸਥਿਤੀ ਬਹੁਤ ਹੀ ਵੱਡੀ ਇਸ ਤਰ੍ਹਾਂ ਬਣ ਜਾਂਦੀ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ 13 ਸਤੰਬਰ ਨੂੰ ਜਾਂ 14 ਸਤੰਬਰ ਨੂੰ ਜਦੋਂ ਹਾਈਕੋਰਟ ਸੁਣਵਾਈ ਕਰਦਾ ਹੈ ਤਾਂ ਹਾਈਕੋਰਟ ਉਸ ਦੇ ਉੱਤੇ ਇੰਟੈਰੀਮ ਸਟੇਅ ਲਗਾ ਦਿੰਦਾ ਹੈ ਜੋ ਕਿ ਹੁਣ ਤੱਕ ਲੱਗੀ ਹੋਈ ਹੈ। ਸਰਕਾਰ ਦਾ ਦੂਜਾ ਜਿਹੜਾ ਦਾਅ ਸੀਗਾ ਉਹ ਸੀਗਾ ਰੈਜੋਲੂਸ਼ਨ ਪਾ ਕੇ ਵਿਧਾਨ ਸਭਾ ਦੇ ਵਿੱਚ ਇਹ ਸਿੱਟ ਬਣਾਉਣਾ ਕਿ ਤਾਂ ਕਿ ਸਰਕਾਰ ਕਹਿੰਦੀ ਸੀ ਕਿ ਉਹ ਫੇਅਰ ਇਨਵੈਸਟੀਗੇਸ਼ਨ ਕਰੇਗੀ ਅਤੇ ਦੋਸ਼ੀਆਂ ਨੂੰ ਛੇਤੀ ਫੜੇਗੀ, ਜਿਸ ਦਾ ਕਿ ਜਿਹੜਾ ਹੈਗਾ ਖੁਲਾਸਾ ਸਾਰੇ ਮੰਤਰੀ ਪੰਜਾਬ ਦੇ ਅਤੇ ਮੁੱਖ ਮੰਤਰੀ ਈਵਨ ਕਾਂਗਰਸ ਦੇ ਹੋਰ ਬੁਲਾਰੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਾਰ ਵਾਰ ਹਰ ਫਰੰਟ ਦੇ ਉੱਤੇ ਕਰਦੇ ਆ ਰਹੇ ਨੇ ਕਿ ਸਿੱਟ ਤੋਂ ਉਹਨਾਂ ਨੂੰ ਉਮੀਦ ਹੈ ਕਿ ਜਲਦੀ ਇਨਸਾਫ ਹੋਏਗਾ, ਜਲਦੀ ਦੋਸ਼ੀ ਫੜੇ ਜਾਣਗੇ। ਪਰ ਹੁਣ ਸਰਕਾਰ ਦਾ ਦੂਜਾ ਦਾਅ ਵੀ ਇੱਕ ਤਰ੍ਹਾਂ ਨਾਲ ਫੇਲ ਹੁੰਦਾ ਨਜ਼ਰ ਆ ਰਿਹਾ। ਸਾਡੇ ਨਾਲ ਸੀਗੇ ਸੰਤਪਾਲ ਸਿੰਘ ਸਿੱਧੂ ਐਡਵੋਕੇਟ, ਜਿਨ੍ਹਾਂ ਨੇ ਇਸ ਨੂੰ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਧੰਨਵਾਦ ਜੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ? ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74 ਤੇ 75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181 50 44 999।